तुसीं देख रहे हो रोजाना लोकनाथ टीवी का स्पैशल प्रोग्राम प्राइम मुद्दा ते तुहाडे नाल गुरप्रीत सिंह चट्ठा चर्चा करांगे पंजाब दी सियासत नाल जुड़ियां कुछ अहम खबरां कुछ अहम मुद्दियां नूं लैके। सब तो पहलां गल करांगे आम आदमी पार्टी दे एक मंत्री साबका मंत्रियों नूं फसाउंदे फसाउंदे खुद कसूते घिरदे नज़र आ रहे ने। की है पूरा मामला किन्नियां कु वध सकदे ने मुश्किलां इस नूं लैके गलबात करांगे ते नाल ही गलबात करांगे कांग्रेस प्रधान अमरिंदर सिंह राजा वड़िंग अपना एक अजिहा बयान दे के कसूते फसदे नज़र आ रहे ने। आखिर की बयान दिता है की उसके मायने नज़र आ रहे ने उस नूं लैके गलबात करांगे ते नाल ही गलबात करांगे पंजाब दे साबका मुख्यमंत्री प्रकाश सिंह बादल दी किस तरीके की उन्होंने सेहत है हुण उस नूं लैके भी चर्चा करांगे। इस प्रोग्राम दे विच साडे नाल शामिल ने सियासी माहिर प्रोफेसर मनजीत सिंह अणखी जो इन्हां तमाम खबरां दे उत्ते विचार चर्चा करन दे लई साडे नाल शामिल होए ने। सब तो पहला स्वागत करांगे अणखी साहब प्रोग्राम च निघा स्वागत है जी। बहुत बहुत शुक्रिया चट्ठा साहब। अणखी साहब जिस तरीके दे नाल जो कुछ चल रहा पिछले कई दिनों तो कांग्रेस के कई साबका मंत्री कसूते फसते नज़र आ रहे हैं तो उधर हुण आम आदमी पार्टी के जिहड़े मंत्री ने पेंडू विकास मंत्री पंचायत मंत्री कुलदीप सिंह धालीवाल वो भी एक मामले कसूते फसते नज़र आ रहे हैं। कैप्टन बिक्रमजीत सिंह वालों जी पटीशन पाई गई थी 25 तरीक नूं अदालत ने उत्थे पेश होने का हुक्म दिता है किवें देखदे हो किन्नियां कु मुश्किलां वधदियां नज़र आ सकदियां ने इस जमीनी मामले नूं लैके। देखो चट्ठा साहब जदों दे आम आदमी पार्टी की सरकार बनी है खास तौर पर यह दो तीन मंत्री जिहड़े ने बहुत चर्चा दे विच ने जी एक अपने हरजोत बैंस जी दूजा कुलदीप सिंह धालीवाल ते तीसरे जिहड़े ने विजय सिंगला विजय सिंगला तो हुण चले गए। यह दो मंत्री जिहड़े ज्यादा चर्चा दे विच ने तीसरे लालजीत भुल्लर भी असीं गल कह सकदे ओह वी अपने स्टंटा दे कारण जी ਤਾਂ ਪ੍ਰਸ਼ਨ ਜਿਹੜਾ ਤੁਹਾਡਾ ਹੈਗਾ ਉਹ ਕੀਤਾ ਤੁਸੀਂ ਮੈਨੂੰ ਕੁਲਦੀਪ ਸਿੰਘ ਧਾਲੀਵਾਲ ਦੇ ਸੰਬੰਧ ਚ ਜੀ ਕਿਉਂਕਿ ਸਭ ਤੋਂ ਤੇਜ਼ੀ ਨਾਲ ਕੁਲਦੀਪ ਸਿੰਘ ਧਾਲੀਵਾਲ ਚੱਲਦੇ ਪਏ ਨੇ ਔਰ ਜਦੋਂ ਦੀ ਸਰਕਾਰ ਬਣੀ ਆ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਸੀਂ ਪੰਚਾਇਤੀ ਜ਼ਮੀਨਾਂ ਨੂੰ ਛਡਾ ਰਹੇ ਆ ਜਿਹੜੀ ਬੀਤੇ ਲੰਬੇ ਸਮੇਂ ਤੋਂ ਨਜਾਇਜ਼ ਕਬਜ਼ਿਆਂ ਵਿੱਚ ਸਨ ਤੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇਸ ਮਾਮਲਾ ਮੁਹਾਲੀ ਦੇ ਇਲਾਕੇ ਸਿਸਵਾ ਫਾਰਮ ਦੇ ਨਜ਼ਦੀਕ ਇਹ ਜਿਹੜੀ ਪਹਿਰੀ ਸੀ ਜਿਹਨੂੰ ਕੁਲਦੀਪ ਸਿੰਘ ਧਾਲੀਵਾਲ ਹੁਣ ਇਹ ਗੱਲ ਕਹਿੰਦੇ ਨੇ ਕਿ ਸਰਕਾਰ ਦੇ ਆਦੇਸ਼ਾਂ ਜਾਂ ਅਦਾਲਤੀ ਹੁਕਮਾਂ ਦੇ ਨਾਲ ਅਸੀਂ ਇਹ ਸਾਰਾ ਕੁਝ ਉੱਥੇ ਕੀਤਾ ਜੀ ਤੇ ਅਦਾਲਤੀ ਹੁਕਮਾਂ ਦੇ ਕਬਜ਼ਾ ਜਿਹੜਾ ਛਡਾਇਆ ਤਾਂ ਉਸ ਵਕਤ ਬਕਾਇਦਾ ਵੀਡੀਓ ਵੀ ਉਹਨਾਂ ਨੇ ਵਾਇਰਲ ਕੀਤੀ ਹੈ ਕਿਸ ਤਰੀਕੇ ਨਾਲ ਆਪਣੀ ਮੌਜੂਦਗੀ ਦੇ ਵਿੱਚ ਜਾ ਕੇ ਉਹਨਾਂ ਨੇ ਉੱਥੋਂ ਦਾ ਜਿਹੜਾ ਕਬਜ਼ਾ ਸੀ ਉਹ ਲਿਆ ਸੀ ਪਰ ਉਸ ਤੋਂ ਬਾਅਦ ਕੈਪਟਨ ਜਿਹੜੇ ਨੇ ਉੱਥੋਂ ਦੇ ਮਾਲਕ ਵਿਕਰਮਜੀਤ ਸਿੰਘ ਹੁਣੀ ਉਹ ਹਰਕਤ ਵਿੱਚ ਆਏ ਉਹਨਾਂ ਨੇ ਕਿਹਾ ਕਿ ਉਸ ਜ਼ਮੀਨ ਤੇ ਉਹ 2009 ਤੋਂ ਕਾਬਜ਼ ਨੇ ਤੇ ਬਕਾਇਦਾ ਤੌਰ ਤੇ ਉਹਦੀਆਂ ਕਰਦਾਵਰੀਆਂ ਜਾਂ ਕੁਝ ਇਹੋ ਜਿਹੇ ਡਾਕੂਮੈਂਟਸ ਜਿਹੜੇ ਸੀ ਉਹਨਾਂ ਨੇ ਵਿਖਾਏ ਤਾਂ ਉਹਨਾਂ ਨੇ ਕਿਹਾ ਸੀ ਕਿ ਇਹ ਮਸਲਾ ਜਿਹੜਾ ਅਦਾਲਤ ਦੇ ਅਦਾਲਤ ਦੇ ਵਿਚਾਰ ਅਧੀਨ ਹੈਗਾ ਸੋ ਅਜਿਹੀ ਸਥਿਤੀ ਦੇ ਵਿੱਚ ਜੇਕਰ ਪਰ ਉਸ ਵਕਤ ਕੁਲਦੀਪ ਸਿੰਘ ਮਾਨੋ ਧਾਲੀਵਾਲ ਨੇ ਆਪਣੀ ਪਿੱਠ ਥਾਪੜੀ ਤੇ ਇਹ ਗੱਲ ਕਹੀ ਕਿ ਅਸੀਂ ਕਬਜ਼ਾ ਛਡਾ ਲਿਆ ਹੁਣ ਇਹਦੇ 'ਚ ਸੱਚਾ ਕੌਣ ਆ ਝੂਠਾ ਕੌਣ ਆ ਇਹ ਤਾਂ ਦੋਵੇਂ ਧਿਰਾਂ ਜਾਣਦੀਆਂ ਨੇ ਪਰ ਜਿਸ ਤਰੀਕੇ ਨਾਲ ਕੈਪਟਨ ਵਿਕਰਮਜੀਤ ਸਿੰਘ ਉਹਨਾਂ ਨੇ ਇਸ ਮਸਲੇ ਨੂੰ ਅਦਾਲਤ ਵਿੱਚ ਲੈ ਗਏ ਨੇ ਤਾਂ ਅਦਾਲਤ ਵੱਲੋਂ ਬਕਾਇਦਾ ਤੌਰ ਤੇ ਕੁਲਦੀਪ ਸਿੰਘ ਧਾਲੀਵਾਲ ਹੁਣਾਂ ਨੂੰ ਨੋਟਿਸ ਸੰਮਨ ਜਿਹੜਾ ਜਾਰੀ ਕਰ ਦਿੱਤਾ ਗਿਆ ਕਿ ਤੁਸੀਂ ਆਓ ਤੇ ਆਕੇ ਆ ਕੇ ਆਪਣਾ ਇਸ ਪੱਖ ਜਿਹੜਾ ਪੇਸ਼ ਕਰੋ ਕੁਦਰਤੀ ਤੌਰ ਤੇ ਸਮੱਸਿਆਵਾਂ ਤਾਂ ਮੰਤਰੀ ਵਾਸਤੇ ਹਨ ਕੁਲਦੀਪ ਸਿੰਘ ਧਾਲੀਵਾਲ ਵਾਸਤੇ ਹਨ ਪਰ ਚੱਠਾ ਜੀ ਦੂਜੇ ਪਾਸੇ ਵੇਖਣ ਵਾਲੀ ਗੱਲ ਇਹ ਆ ਕਿ ਜੇਕਰ ਕੁਲਦੀਪ ਸਿੰਘ ਧਾਲੀਵਾਲ ਹੁਣਾਂ ਨੇ ਉਸ ਸਮੇਂ ਇਹ ਕਾਰਵਾਈ ਕੀਤੀ ਤਾਂ ਕਾਰਵਾਈ ਕੁਝ ਸੋਚ ਸਮਝ ਕੇ ਕੀਤੀ ਹੋਊਗੀ ਏਡੇ ਨਿਆਣੇ ਤਾਂ ਉਹ ਵੀ ਹੈ ਨੀ ਕਿ ਜਿਹੜਾ ਇੱਕ ਮੰਤਰੀ ਆ ਜਿਸ ਨੂੰ ਉਹਨੇ ਸਾਰਾ ਰਿਕਾਰਡ ਹਾਲਾਂਕਿ ਉਹਨਾਂ ਨੇ ਵੀ ਆਪਣਾ ਉਸ ਵਕਤ ਦਾ ਰਿਕਾਰਡ ਜਿਹੜਾ ਪੇਸ਼ ਕੀਤਾ ਸੀ ਗੁਰਦਾਉਦੀਆਂ ਗੁਰਬੂਦੀਆਂ ਚੋਂ ਸਨ ਤਾਂ ਉਸ ਜਿਹਾ ਰਿਕਾਰਡ ਹੀ ਜਿਹੜਾ ਦੂਜੇ ਪਾਸੇ ਕੈਪਟਨ ਸਾਹਿਬ ਨੇ ਪੇਸ਼ ਕਰਤਾ ਸੋ ਮਸਲਾ ਇਹਦੇ ਵਿੱਚ ਕੀ ਆ ਕਿਉਂਕਿ ਇੱਕ ਬੰਦਾ ਦਾ ਉਹ ਇਹ ਵੀ ਗੱਲ ਕਹਿ ਰਿਹਾ ਕਿ ਪੋਲੀਟੀਕਲ ਮੈਂਡੇਟਾ ਜਿਹੜਾ ਹੈਗਾ ਉਹ ਤਾਂ ਕਰਕੇ ਕੀਤਾ ਜਾ ਰਿਹਾ ਕਿ 2009 ਚ ਮੈਂ ਆਮ ਆਦਮੀ ਪਾਰਟੀ ਚ ਸਾਂ ਇਸ ਕਰਕੇ ਮੈਨੂੰ ਮੈਂ ਉਸ ਤੋਂ ਬਾਅਦ ਫਿਰ ਅਕਾਲੀ ਦਲ ਚ ਆ ਗਿਆ ਫਿਰ ਕੈਪਟਨ ਕਾਂਗਰਸ ਦੇ ਨਾਲ ਆ ਗਿਆ ਇਸ ਕਰਕੇ ਮੈਨੂੰ ਆਮ ਆਦਮੀ ਪਾਰਟੀ ਜਿਹੜੀ ਨਿਸ਼ਾਨਾ ਬਣਾ ਰਹੀ ਆ ਉਹਨਾਂ ਨੇ ਵੀ ਉਹੋ ਜਿਹੇ ਬਿਆਨ ਜਿਹੜੇ ਦੇਣੇ ਸ਼ੁਰੂ ਕਰਤੇ ਜਿਹੋ ਜਿਹੇ ਬਿਆਨ ਲੋਕ ਪੋਲੀਟੀਕਲ ਸਥਿਤੀਆਂ ਦੇ ਵਿੱਚ ਦਿੰਦੇ ਹਨ ਜੀ ਜੀ ਸੋ ਹੁਣ ਕਿਉਂਕਿ ਮਸਲਾ ਲਿਟੀਗੇਸ਼ਨ ਦਾ ਮਸਲਾ ਆ ਅਦਾਲਤ ਵਿੱਚ ਚਲਾ ਗਿਆ ਉੱਥੇ ਜਾ ਕੇ ਆਪਣੇ ਚੱਠਾ ਸਾਹਿਬ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਫ਼ ਹੋ ਜਾਊਗਾ ਬਾਕੀ ਮੈਂ ਫਿਰ ਇਹ ਗੱਲ ਕਹਿੰਦਾ ਕਿ ਕੁਲਦੀਪ ਸਿੰਘ ਧਾਲੀਵਾਲ ਜਾਂ ਪੰਜਾਬ ਕਿਉਂਕਿ ਕੁਲਦੀਪ ਸਿੰਘ ਧਾਲੀਵਾਲ ਇਸ ਵੇਲੇ ਪੰਜਾਬ ਸਰਕਾਰ ਆ ਤਾਂ ਜੇਕਰ ਸਰਕਾਰ ਕੋਈ ਅਜਿਹੀ ਕਾਰਵਾਈ ਕਰਦੀ ਆ ਤਾਂ ਮੇਰਾ ਨਹੀਂ ਖਿਆਲ ਕਿ ਸਰਕਾਰ ਕੋਈ ਅਜਿਹੀ ਬੇਵਕੂਫੀ ਕਰੇ ਕਿ ਇਹੋ ਜਿਹੇ ਕਾਗਜ਼ਾਂ ਨੂੰ
नजरअंदाज करके धक्के ही कब्जा लै लिया। जो कि सरकार को यह भी पता हो कि उन्हों की सरकार जी विरोधी पार्टियां मिनटा सकेंटा दूजे निशाने पर आ जाती है। सो कई बार तो चटा साहब यह होंगे कि कोई भी व्यक्ति मसले को अदालतों में इस करके खिंच के लै जाते हैं कि मसला जरा चलता रहे तो ध्यान लोगों का उस पास जाए या ना जाए कुछ इदा दटस को स्थितियां बहार हो गया ने। अज तक तुम ये देख लो कोई भी व्यक्ति जो भाए दोषी हों निर्दोष हों सब तो पहला उसका बयान यही होंगे भी कुछ मैं तो निर्दोष हाँ मैं तो नजायज फसाया जा रहा। अज तक किसी भी व्यक्ति ने यह गल कह के शर्याम नहीं की कि हाँ जी मैं इस गल का दोषी हाँ तो सरकार ने मुझे पकड़ के ठीक किया। बेशक जिन्ने मर्जी करप्शन के दाग हो जिन्ना मर्जी साबित हो गए हो बंदे जेल कट के भी बाहर आ जाते हैं फिर भी बाहर आके यो गल कहे नहीं नहीं यार अभी तो साढ़े ना धक्का होया अभी तो बिल्कुल निर्दोष हाँ तो जे सारे ही निर्दोष ने तो फिर दोषी कौन फिर सिस्टम चलूगा कि। सो ये कब्जा छड़ा बाकी कुलदीप सिंह माफ करदा कैप्टन विक्रमजीत सिंह उन्हां दा एक कानूनी हक है संविधानक हक है वह अदालत च जा सकते हाई कोर्ट च जा सकते सुप्रीम कोर्ट च जा सकते जिस मर्जी जाए। दूजा पास सरकार ने वेखना कि अपना पक्ष उन्होंने किस मजबूती का पेश करना जिस तरीके बीते दिन श्रोमणी अकाली दल के वालों भी इल्जाम लगाए गए कुलदीप सिंह धालीवाल के उत्ते अगले दिन ही कैप्टन विक्रमजीत सिंह का अदालत में पहुंच जाना तो लगता है कि किसी सियासी पार्टी ने हालांकि आप नाम नहीं लेंगे किसी भी सियासी पार्टी ने उन्होंने धक्का दिता हो सकता है अदालत वाल जाने वास्ते ये लगता जी। देखो जी कुदरती तौर पर इदा के वे फैसले सरकार का टक्कर लैन वाले फैसले जोड़े आम बंदा तो कर नहीं सकता। दूजे पास सबका फौजी या कैप्टन वह भी सबका कैप्टन है जे दूजे पास पोलीटिकल लीडर संबंध हो गए तो कुदरती तौर पर राजनीति तो वीर जी हर बंदे ने करनी ना हर पार्टी ने करनी मैं तो अगे गल की आम आदमी पार्टी की सरकार हर व्यक्ति ने निशाने दे हर व्यक्ति एक निशाना सहीदा पा के ये करता वो करता ये करता तो कुदरती तौर पर हो सकता किसी राजनीतिक नेता के आशीर्वाद के ना ही वो बंदा कोर्ट के पास तुरया हो चलो मंत्री उलझा के रखने इस बने बाकी सरकार ने देखना कि उन्होंने अपना पक्ष किस हद तक मजबूत आ दूजे पास राजनीति करने वाले लोगों ने देखना कि उन्होंने राजनीति किवें चमकती है। बाकी पंजाब के लोगों को की फर्क पैना जे पिछले चार मंत्री फटके अगले ने जेल च सुटते अपना विजय सिंह सुटता दूजा साधु सिंह धर्मसोत चुकता हूँ दूजे तीजा की होर वारी आ रही है तो लोगों को ये की फर्क पैन दिया लोगों को सब पता लगन दिया कि ये बंदे किन्ने क पानी च ने किन्ना क्या लोगों ने गंद खिला रहे हैं लोगों वास्ते चंगी गल है कोई भाई कुलदीप सिंह धालीवाल नहीं हो कोई हो लोगों को ये की लोगों को घट्टो घट इन्हों के चेहरे इन्हों के किरदार इन्हों की शख्सियत वो सब कुछ सामने आ रही कि ये पांच साल की करते रहे पिछलिया ने किया हूँ अगलिया ने की करना। एक चट्ठा साहब बड़ी छोटी जी गल कहानी जी एक हैगी है कहता एक बंदा मरिया लंबे पिया ही उसके बहुत सारिया मक्खियां बैठिया बहुत सारिया खून का चूसता पिया बंदा सुस्त हो के पिया ही एक बंदा कोई लागो नहीं कोई सूझवान बंदा गया तो उन्हें कहा बंदा मर जूगा उन्हें फट के उस तो मक्खियां डालती सारिया जो मक्खियां डालती वह बंदा उठा जिन्हें मक्खियां बैठी सन फट के उन्हें दो चार चपेड़ा उन्हें मूंह से मारियां जिन्हें मक्खियां डाई कहता भाई साहब मेरा इस कसूर है तुहाडे दे उत्ते मैं जिहड़ियां मक्खियां डाइया ने तो तुम आ मक्खियां मैं चपेड़ा मारती हैं वो कहता चपेड़ा मैं तेन ता मारिया कि यह जी मक्खियां बिठिया मेरा खून चूस चूस के रच गई हूँ जी मेरे कोई दर्द नहीं हो रहा इन्होंने डालता ए थान नवी आ जानी उन्होंने हम मेरा खून होर चूसना तू तो मेरा नुकसान करता बस मेरी इस कहानी के सब कुछ थोड़े उस प्रश्न का जवाब आ टकी रहे तो कोई ना बोझे जो चलता इसे तरह जी बिल्कुल तो नाल ही हुण कांग्रेस पार्टी की गल करांगे अमरिंदर सिंह राजा वड़िंग का एक बयान चर्चा का विषय बनया हुआ है जिस तरीके दे नाल उह गल कह रहे हैं कि जेकर चार साल का मौका उन्होंने होर मिलता प्रधानगी की गल कर रहे हैं तो 95 सीटा ने जिहड़ियां अगली बार आने की तैयारी के विच ने बयान दिता है तो एक पासे तो कई कांग्रेस पार्टी छड के जा चुके ने कई पार्टी चो कढ दिता गया है कई घपलियां च घिरदे नज़र आ रहे हैं तो राजा वड़िंग नूं किवें लग रहा है पॉसीबल हैगा चट्ठा साहब मैनू तो राजा वड़िंग का जरा आत्म विश्वास है बहुत वधिया लगा कि वाकई बंदा पर मैनू वाकई वो शलाघा के पात्र ने पर मैनू एक गल यह नहीं समझ आई कि वह 22 सीटा कि छड़ गए ने बाकी कि जेडे चाह तो कह दें 117 नहीं 17 ही
जी ਇਹ 95 ਨੂੰ ਐਮਐਲਏ ਲੈ ਕੇ ਤੋਂ ਘੱਟ ਤੋਂ ਘੱਟ ਉਹ 22 ਸੀਟਾਂ ਜ਼ਰੂਰ ਦੱਸ ਦਿੰਦੇ ਤੇ ਜਿੱਥੇ ਕਾਂਗਰਸ ਪਾਰਟੀ ਦੀ ਪਕੜ ਨਹੀਂ ਹੈਗੀ ਇਸ ਦਾ ਮਤਲਬ ਉਹ ਮੰਨ ਗਏ ਨਾ ਕਿ 22 ਸੀਟਾਂ ਅਸੀਂ ਹਰਦੇ ਹੈਗੇ ਤਾਂ ਘੱਟ ਤੋਂ ਘੱਟ ਉਹ 22 ਸੀਟਾਂ ਕਿਹੜੀਆਂ ਨੇ ਉਹ 22 ਸੀਟਾਂ ਦੇ ਸੰਬੰਧੀ ਤਾਂ ਰਾਜਾ ਵੜਿੰਗ ਜੀ ਪਹਿਲਾਂ ਬਿਆਨ ਜ਼ਰੂਰ ਦੇ ਦਿੰਦੇ ਕਿ ਇਹਨਾਂ ਇਹਨਾਂ ਸੀਟਾਂ ਤੇ ਅਸੀਂ ਆਪਣੇ ਬੰਦੇ ਨਹੀਂ ਖਿਲਾਰਦੇ ਜਾਂ ਸਿਰਫ ਬੰਦੇ ਹਰ ਜਾਣੇ ਆ ਤੇ ਕੀ ਉਹ 22 ਸੀਟਾਂ ਜਿਹੜੀਆਂ ਇਹਨਾਂ ਨੇ ਛੱਡੀਆਂ ਨੇ ਉਹ ਅਕਾਲੀ ਦਲ ਵਾਸਤੇ ਛੱਡੀਆਂ ਨੇ ਜਾਂ ਭਾਜਪਾ ਵਾਸਤੇ ਛੱਡੀਆਂ ਤੇ ਜਾਂ ਆਮ ਆਦਮੀ ਪਾਰਟੀ ਵਾਸਤੇ ਛੱਡੀਆਂ ਪ੍ਰਸ਼ਨ ਤਾਂ ਇਹ ਹੈ ਕਿ ਰਾਜਾ ਬੜੀ ਨੂੰ ਇਹ ਪੁੱਛਣਾ ਚਾਹੀਦਾ ਕਿ ਤੁਸੀਂ 95 ਦੇ ਕਹਿ ਰਹੇ ਜੀ ਪਰ ਇਹ 22 ਸੀਟਾਂ ਕਿਹੜੀਆਂ ਛੱਡੀਆਂ ਕਿਹੜੇ ਕਿਹੜੇ ਹਲਕਿਆਂ ਤੋਂ ਪਤਾ ਤਾਂ ਲੱਗੇ ਨਾ ਫਿਰ ਬੰਦਾ ਉੱਥੇ ਬੰਦਾ ਤੁਹਾਡੇ ਵਰਗਾ ਜਾਂ ਮੇਰੇ ਵਰਗਾ ਅਸੀਂ ਮਿਹਨਤ ਕਰ ਸਕਦੇ ਕਿਉਂਕਿ ਕਾਂਗਰਸ ਪਾਰਟੀ ਦੇ ਜਿੱਥੇ ਹਰ ਜਣਾ ਤਾਂ ਅਸੀਂ ਆਪਣਾ ਹੀ ਦਾਸ ਪੁੱਤ ਲਈਏ ਸੋ ਕਈ ਵਾਰੀ ਇਹੋ ਜਿਹੇ ਜਿਹੜੇ ਬਿਆਨ ਹੁੰਦੇ ਨਾ ਤੁਹਾਡੇ ਉਸ ਆਤਮ ਵਿਸ਼ਵਾਸ ਨੂੰ ਖਾਉਣ ਦੀ ਬਜਾਏ ਉਹ ਹਾਸੇ ਨੇ ਜਾਂ ਮਜ਼ਾਕ ਦੇ ਪਾਤਰ ਬਣ ਜਾਂਦੇ ਆ ਤੋ ਰਾਜਾ ਬੜੇ ਜੀ ਜੇ ਤੁਸੀਂ ਗੱਪ ਮਾਰਦੇ ਆ 95 ਮਾਰੀ ਤੁਸੀਂ 117 ਤੋਂ ਕਿਉਂਕਿ 4 ਸਾਲ ਦਾ ਸਮਾਂ ਤਾਂ ਬੜੀ ਦੂਰ ਦਾ ਆ ਤੁਸੀਂ ਪਹਿਲਾਂ ਸੰਗਰੂਰ ਦੀ ਜਿੰਮੀ ਚੋਣ ਵੇਖਣੀ ਆ ਉਸ ਦੇ ਵਿੱਚ ਤੁਸੀਂ ਆਪਣੇ ਨਤੀਜਿਆਂ ਨੂੰ ਆਪਣੀ ਅਗਵਾਈ ਨੂੰ ਵੇਖਣਾ ਉਸ ਤੋਂ ਬਾਅਦ 2024 ਦੀਆਂ ਇਲੈਕਸ਼ਨ ਆਉਣੀ ਆ ਉਹਦੇ ਵਿੱਚ ਤੁਹਾਡੀ ਭੂਮਿਕਾ ਪਤਾ ਨਹੀਂ ਉਦੋਂ ਤੱਕ ਤੁਸੀਂ ਬਤੌਰ ਪ੍ਰਧਾਨ ਰਹਿਣਾ ਕਿ ਨਹੀਂ ਵੀ ਰਹਿਣਾ ਉਹਦੇ 'ਚ ਵੀ ਤੁਹਾਡੀ ਭੂਮਿਕਾ ਜਿਹੜੀ ਵੇਖੀ ਜਾਣੀ ਆ ਦੂਜੇ ਪਾਸੇ ਇਹਨਾਂ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਲਾਲਾ ਲਾਲਾ ਹੋਣ ਡਈ ਆ ਉਹ ਵੀ ਤੁਹਾਡੀ ਅਗਵਾਈ ਦੇ ਵਿੱਚ ਕੋਈ ਬੰਦਾ ਕਿਸੇ ਪਾਸੇ ਨਿਕਲ ਜਾਂਦਾ ਕੋਈ ਕਿਸੇ ਬੰਦੇ ਨਿਕਲ ਜਾਂਦਾ ਜਿਹਨੂੰ ਤੁਸੀਂ ਕੱਢ ਦਿੰਦੇ ਜੀ ਹੁਣ ਜਿਹੜਾ ਕੱਲ੍ਹ ਨੂੰ ਤੁਸੀਂ ਕੱਢਿਆ ਉਹ ਕੱਲ੍ਹ ਨੂੰ ਭਾਜਪਾ 'ਚ ਦਾਖਲ ਹੋ ਰਿਹਾ ਤੇ ਫਿਰ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਉਹ 95 ਬੰਦਿਆਂ ਦੇ ਨਾਂ ਤੇ ਦੱਸ ਦਿਓ ਕਿ ਜਿਹੜੇ ਖਿਲਾਰਨੇ ਜੀ ਤੇ ਚਲੋ ਤੁਸੀਂ ਇਹ ਮੰਨ ਲਿਆ ਮੈਂ ਇਹਨਾਂ ਗੱਲਾਂ ਤੇ ਮੈਂ ਉਹਨਾਂ ਨੂੰ ਵਧਾਈ ਦੇਣਾ ਕਿ ਮੈਂ 2027 ਦੇ ਵਿੱਚ ਮੈਂ ਵੇਖ ਰਿਹਾ ਕਿ ਰਾਜਾ ਬੜੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣਨਗੇ 95 ਬੰਦਿਆਂ ਦਾ ਪਰ ਉਹਨਾਂ ਨੂੰ ਇਹ ਜ਼ਰੂਰੀ ਆ ਕਿ ਉਹ 22 ਸੀਟਾਂ ਤੇ ਭਾਈ ਸਾਹਿਬ ਦੱਸ ਦਿਓ ਨਾ ਕਿ ਜਿਹੜੀਆਂ ਸੀਟਾਂ ਤੇ ਤੁਸੀਂ ਹਾਰਨਾ ਉੱਥੇ ਘੱਟੋ ਘੱਟ ਬਾਕੀ ਪਾਰਟੀਆਂ ਜਾ ਕੇ ਆਪਣਾ ਉਮੀਦਵਾਰ ਖਿਲਾਰਨਗੇ ਆ ਤਾਂ ਇਹ ਸਥਿਤੀ ਜਿਹੜੀ ਹੈ ਨਾ ਆਮ ਕਾਂਗਰਸ ਪਾਰਟੀ ਦੀ ਸਥਿਤੀ ਹੈਗੀ ਆ ਬਾਕੀ ਆਤਮ ਵਿਸ਼ਵਾਸ ਚੱਠਾ ਸਾਹਿਬ ਰੱਖਣਾ ਬੜੀ ਚੰਗੀ ਗੱਲ ਹੈ ਤੁਸੀਂ ਰੱਖੋ ਤੁਹਾਡਾ ਆਤਮ ਵਿਸ਼ਵਾਸ ਤੁਹਾਡੀ ਲੀਡਰਸ਼ਿਪ ਜਿਹੜੀ ਆ ਤੁਹਾਡੇ ਸਿਪਾਹੀਆਂ ਨੂੰ ਇੱਕ ਬਲ ਬਖਸ਼ਦੀ ਆ ਇੱਕ ਉਹਦਾ ਤਾਕਤ ਅੰਦਰੂਨੀ ਤਾਕਤ ਬਖਸ਼ਦੀ ਆ ਤੇ ਪਰ ਕਈ ਵਾਰੀ ਸੈਨਾਪਤੀ ਇਹੋ ਜਿਹੇ ਬਿਆਨ ਦੇ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਉਹਦੇ ਜਿਹੜੇ ਮਗਰਲੇ ਬੰਦੇ ਜਿਹੜੇ ਸਿਪਾਹੀ ਹੁੰਦੇ ਨੇ ਉਹ ਸੋਚਦੇ ਨੇ ਕਿ ਇਹ ਹੁਣ ਕਿਹੜੇ ਹਲਕਿਆਂ ਦੇ ਵਿੱਚ ਆਪਾਂ ਨਹੀਂ ਜਾਣਾ ਤੇ ਕਿਹੜੇ ਹਲਕਿਆਂ 'ਚ ਆਪਾਂ ਵਾਰ ਕਰਨਾ ਕਿਉਂਕਿ ਉੱਧਰ ਤੇ ਅਸੀਂ ਹਰ ਗਏ ਆ ਤਾਂ ਉਧਰ ਕੀ ਪਤਾ ਉਹਨਾਂ ਨੂੰ ਬੰਦਾ ਅੱਗੋਂ ਟੱਕਰ ਜਾਵੇ ਸੋ ਰਾਜਾ ਬੜਿੰਗ ਦਾ ਇਹ ਜਿਹੜਾ ਬਿਆਨ ਆ ਇਹ ਬਿਆਨ ਮੈਨੂੰ ਕੋਈ ਸਮਝ ਨਹੀਂ ਆਇਆ ਕਿ ਉਹਨਾਂ ਨੇ ਕੀ ਸੋਚ ਕੇ ਦਿੱਤਾ ਇਹ ਬਾਕੀ ਉਹ ਕਾਂਗਰਸ ਦੇ ਪ੍ਰਧਾਨ ਨੇ ਜਾਂ ਵਾਕਈ ਉਹ ਸੁਨੀਲ ਜਾਖੜ ਵਾਲੀ ਗੱਲ ਜਿਹੜੀ ਉਹ ਰਹਿ ਗਈ ਆ ਕਿ ਸੁਨੀਲ ਜਾਖੜ ਤੇ ਇੱਥੋਂ ਤੱਕ ਕਹਿ ਰਹੇ ਨੇ ਕਹਿੰਦੇ ਕਿ ਹੁਣ ਤੁਸੀਂ ਦੇਖਣਾ ਕਾਂਗਰਸ ਪਾਰਟੀ 'ਚ ਦੋ ਹੀ ਬੰਦੇ ਰਹਿ ਜਾਣੇ ਆ ਇੱਕ ਰਾਜਾ ਬੜਿੰਗ ਰਹਿ ਜਾਣਾ ਇੱਕ ਹਰੀ ਚੌਧਰੀ ਹੋ ਜਾਣਾ ਤੇ ਆਪਣੇ ਚੱਠਾ ਸਾਹਿਬ ਮੈਂ ਹੋਰ ਇੱਕ ਗੱਲ ਆਪਾਂ ਕਰਦੀ ਹੈ ਨਾਲ ਜਿੱਥੇ ਤੁਸੀਂ ਭਾਰਤ ਭੂਸ਼ਣ ਆਸ਼ੂ ਦੀ ਗੱਲ ਕਰ ਰਹੇ ਆ ਸਵੇਰ ਦੇ ਹੀ ਪ੍ਰੋਗਰਾਮ 'ਚ ਕੀਤੀ ਦੂਜੇ ਪਾਸੇ ਤਰਜਿੰਦਰ ਸਿੰਘ ਬਾਜਵਾ ਤੇ ਵੀ ਕੀਤੀ ਚੱਠਾ ਸਾਹਿਬ ਕਨਸੂਮਾਂ ਇਹ ਵੀ ਉਭਰਨ ਡਹਿ ਪਈਆਂ ਨੇ ਕਿ ਜਦੋਂ ਟਰਾਂਸਪੋਰਟ ਮੰਤਰੀ ਸੀਗੇ ਤੇ ਜਿਹੜੀਆਂ ਇਹਨਾਂ ਨੇ PRTC ਦੀਆਂ ਤੇ ਪੰਜਾਬ ਰੋਡਵੇਜ਼ ਦੀਆਂ ਜਿਹੜੀਆਂ ਬੱਸਾਂ ਬਣਾਈਆਂ ਉਹਨਾਂ ਦੀਆਂ ਜਿਹੜੀਆਂ ਬਾਡੀਆਂ ਬਣਾਈਆਂ ਉਹ ਬਾਡੀਆਂ ਇਸ ਤਰ੍ਹਾਂ ਦੀਆਂ ਨੇ ਕਿ ਧੱਕਾ ਉਹ ਇੱਕ ਪਿਆਰ ਦੇ ਨਾਲ ਜਿਵੇਂ ਮੁੱਕੀ ਜੀ ਮਾਰਦੇ ਝੱਟ ਚਿੱਪ ਪੈ ਜਾਂਦਾ ਉਹਦੇ ਵਿੱਚ ਵੀ ਕਿਤੇ ਬੜੇ ਵੱਡੇ ਪੱਧਰ ਤੇ ਢੇਰਾਫੇਰੀ ਜਿਹੜੀ ਆ ਹੋਈ ਆ ਬਾਡੀਆਂ ਬਣਾਉਣ ਦੇ ਵਿੱਚ ਰੋਡਵੇਜ਼ ਦੇ ਤੇ ਇਹ ਵੀ ਕਿਹਾ ਜਾਂਦਾ ਕਿ ਉਹਦਾ ਜਿਹੜਾ ਠੇਕਾ ਸੀ ਉਹ ਰਾਜਸਥਾਨ ਦੇ ਵਿੱਚ ਹਰੀ ਚੌਧਰੀ ਦੇ ਕਿਸੇ ਕਰੀਬੀ ਗਰੂਬੀ ਦੇ ਨਾਲ ਮਿਲਿਆ ਤੇ ਜੇ ਕੱਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਪਾਸੇ ਨੂੰ ਹੋ ਤੁਰੀ ਕਿ ਚਲੋ ਭਾਈ ਹੁਣ ਜਾਂਦਿਆਂ ਜਾਂਦਿਆਂ ਇਹਨੂੰ ਵੀ ਪੁੱਛ ਹੀ ਲਈਏ ਤਾਂ ਫਿਰ ਕਿਤੇ 95 ਵਾਲੀ ਗੱਲ ਪਤਾ ਨਹੀਂ ਕੀ ਬਣਦੀ ਜਾਂ 9 ਜਾਂ 5 ਇਹੋ ਜਿਹੀ ਜਿਹੜੇ ਹੈ ਸੀ ਨਾ ਗੱਪਾਂ ਸੁਖਬੀਰ ਬਾਦਲ ਨੇ ਵੀ ਮਾਰ ਦਿੱਤੇ ਕਿ 25 ਸਾਲ ਅਸੀਂ ਰਾਜ ਕਰਨਾ ਜੀ 25 ਸਾਲ ਤੇ ਖਾਲਸਾ ਪੰਥ ਚਲੋ ਉਸ ਤਰ੍ਹਾਂ ਦੀ ਜਿਹੜੀ ਪੰਥ ਦੀ ਸ਼੍ਰੋਮਣੀ ਜਮਾਤ ਸੀ ਤੇ ਸੁਖਬੀਰ ਬਾਦਲ ਦੀ ਜਦੋਂ ਅਗਵਾਈ ਆਈ ਉਹ ਜਮਾਤ ਜਿਹੜੀ ਸੁਖਬੀਰ ਸਰਦਾਰ ਪ੍ਰਤਾਪ ਸਿੰਘ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਅਗਵਾਈ ਚੱਲ ਰਾਜ ਕਰਦੀ ਸੁਖਬੀਰ ਸਿੰਘ ਬਾਦਲ ਨੇ ਕਿਹਾ 25 ਸਾਲ ਕਰਾਂਗੇ ਉਹ 25 ਸਾਲ ਕੀ ਕਰਨਾ 10 ਸਾਲ ਕਰਕੇ ਪਹਿਲਾਂ 15 ਤੇ ਅਟਕੀ ਤਾਂ ਫਿਰ ਹੁਣ ਦੋਵਾਂ ਦੇ ਆ ਗਈ ਆ ਪਰਮਾਤਮਾ ਭਲਾ ਕਰਕੇ ਅਗਲੇ ਦਿਨਾਂ 'ਚ ਪਤਾ ਨਹੀਂ ਕੀ ਹੋਣਾ ਤਾਂ ਉਹ ਜੀ ਜਿਹੜੇ ਗੱਪਾਂ ਨੇ ਉਹ ਜਿਸ ਤਰ੍ਹਾਂ ਕਹਿੰਦੇ ਨਾ ਕਿ ਗੁਆਂਢੀ ਦਾ ਰੂਪ ਨਹੀਂ ਆਉਂਦਾ ਮੱਤ ਆ ਜਾਂਦੀ ਆ ਕਿਉਂਕਿ ਇਸ ਵੇਲੇ ਰਾਜਾ ਬੜਿੰਗ ਵੀ ਵਿਹਲਾ ਸੁਖਬੀਰ ਬਾਦਲ ਵੀ ਵਿਹਲਾ ਦੋਵੇਂ ਇੱਕ ਦੂਜੇ ਨੂੰ ਕਾਪੀ ਕਰਦੇ ਆ ਉਹਨੇ ਵੀ ਗੱਪ ਮਾਰਦੀ ਠੀਕ ਆ 95 ਅਸੀਂ ਸੀਟਾਂ ਲੈਣੀਆਂ ਨੇ 95 ਸੀਟਾਂ ਨਾਲ ਆ ਸਰਕਾਰ ਬਣਾਉਣੀ ਆ ਭਾਈ ਸਾਹਿਬ ਤੁਸੀਂ ਬਣਾਓ ਜ਼ਰੂਰ ਬਣਾਓ ਪਹਿਲਾਂ ਉਹ 22 ਹਲਕੇ ਦੱਸ ਦਿਓ ਕਿ ਜਿੱਥੇ ਤੁਸੀਂ ਹਟਦਾ ਆ ਉੱਥੇ ਫਿਰ ਅਸੀਂ ਆਪਣੇ ਬੰਦੇ
अपनी जिम्मेवारी नहीं निभा रहे एज ए प्रधानगी के तौर पर पंजाब के अंदर तो उन्होंने भी कितना कितने डर लगता है कि प्रधानगी का उदा कितने खुशदा नजर तो नहीं आ रहा। तो ही गल करांगे पंजाब दे पांच बार मुख्यमंत्री रह चुके प्रकाश सिंह बादल दी तां की सेहत दा हाल चल की नजर आ रहा जी उन्होंने दा? देखो जिहड़ियां उन्हां दी प्रकाश सिंह सरदार प्रकाश सिंह बादल जिहड़े श्रोमणी अकाली दल दे सबका प्रधान ने पांच बार दा मुख्यमंत्री रह चुके ने उन्हां दी सेहत बीते दिन भी नासाज हुई सी ते अज भी नासाज हुई है और मोहाली दे उन्हां नूं किसी हस्पताल दे विच दाखल कराया गया जिथे सीने च उन्हां ने दर्द की जी शिकायत जी की थी। उम्र जी उन्होंने मेरे ख्याल 99 साल लगनी चाहिए जी हैगी सारे पंजाब के जी लोग ने जे बादल साहब प्यार करने वाले थे सियासी मतभेद हो सकते हैं पर फिर भी पंजाब सियासत सरदार प्रकाश सिंह बादल का जो योगदान है बड़ा अहम योगदान रहा है सिख मसले हो या जो भी कुछ हो भी तो लोग जोड़े ने चिंता कर रहे हैं और परमात्मा अगर वो अरदास करते हैं कि बादल साहब जल्द ठीक होके दोबारा अपने परिवार के लिए ठीक ठाक वापस लौटता जी। बिल्कुल कुल मिला कह सकते हैं कि सियासत के थम प्रकाश सिंह बादल उन्होंने जी सेहत तजाबी के लिए कितना कितने हरेक है जरा ही अरदास करता है। तो बहुत बहुत धन्यवाद तुहाडा भी अणखिसा प्रोग्राम च कीमती समा दे के साडे दर्शकों के रूबरू होने के लिए बहुत बहुत शुक्रिया जी। तो साढ़े नाल सन सियासी माहिर प्रोफेसर मनजीत सिंह अणखी जिन्होंने कांग्रेस के हालातों बारे चर्चा की है कि हालात नज़र आ रहे हैं तो आम आदमी पार्टी के मंत्री कुलदीप सिंह धालीवाल किस तरीके दे नाल घिरदे नज़र आ रहे हैं आने वाले समय च किस तरीके नाल मुश्किलां उन्हां दीआं वधदीआं नज़र आ सकदीआं ने जां फिर नहीं इस नूं लैके खास गलबात कीती है। प्रोग्राम किस तरीके दा लग्गिआ कमेंट करके तुसीं अपनी राय अपने विचार साढ़े नाल जरूर सांझे कर सकते हो इस प्रोग्राम के मुतलक। तो इस प्रोग्राम च फिलहाल इन्ना ही जुड़े रहो रोज़ाना लोक नाट टीवी दे नाल दिओ इजाजत धन्नवाद।